ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ 'ਤੇ। ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਹੈ 31 ਜੁਲਾਈ 2024। ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 31 ਜੁਲਾਈ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ। ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ। ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ। ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ, ਉਹ ਟੈਲੀਗ੍ਰਾਮ ਚੈਨਲ 'ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ। ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਅੱਜ ਦੀ ਕਲਾਸ ਵਧੀਆ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਕਿਸਨੇ ਹਾਲ ਹੀ ਵਿੱਚ ਸਰਚ GPT ਲਾਂਚ ਕੀਤਾ ਹੈ? ਹਾਂਜੀ, ਸਰਚ GPT ਲਾਂਚ ਕੀਤਾ OpenAI ਨੇ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। OpenAI ਨੇ ਸਰਚ ਇੰਜਣ ਸਰਚ GPT ਲਾਂਚ ਕੀਤਾ। ਠੀਕ ਹੈ, ਇੱਕ ਸਰਚ ਇੰਜਣ ਆ ਸਰਚ GPT, ਅਤੇ ਇਹਨੂੰ ਲਾਂਚ ਕੀਤਾ OpenAI ਨੇ। ਹਾਂਜੀ, OpenAI ਦੀ ਗੱਲ ਕਰ ਰਹੇ ਹਾਂ। ਹਾਂਜੀ, OpenAI ਦੀ ਸਥਾਪਨਾ 11 ਦਸੰਬਰ 2015 ਨੂੰ ਹੋਈ ਅਤੇ ਇਸਦਾ ਹੈੱਡਕੁਆਰਟਰ ਸੈਨ ਫਰਾਂਸਿਸਕੋ ਦੇ ਵਿੱਚ। ਨੈਕਸਟ ਹੈ, ਕਿਸ ਦੇਸ਼ ਨੇ ਹਾਲ ਹੀ ਵਿੱਚ ਭਗਵਾਨ ਰਾਮ ਅਤੇ ਭਗਵਾਨ ਬੁੱਧ ਦੀਆਂ ਤਸਵੀਰਾਂ ਵਾਲੀਆਂ ਡਾਕ ਟਿਕਟਾਂ ਜਾਰੀ ਕੀਤੀਆਂ ਹਨ? ਹਾਂਜੀ, ਭਗਵਾਨ ਰਾਮ ਅਤੇ ਭਗਵਾਨ ਬੁੱਧ ਦੀਆਂ ਤਸਵੀਰਾਂ ਵਾਲੀਆਂ ਡਾਕ ਟਿਕਟਾਂ ਜਾਰੀ ਕੀਤੀਆਂ ਲਾਓਸ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਹੁਣ ਲਾਓਸ ਦੀ ਗੱਲ ਕਰ ਰਹੇ ਹਾਂ ਤਾਂ ਦੇਖੋ ਤੁਸੀਂ ਮੈਪ ਦੇ ਵਿੱਚ, ਇਹ ਹੈ ਇੰਡੀਆ। ਇੰਡੀਆ ਦੇ ਨਾਲ ਹੱਦ ਲੱਗਦੀ ਹੈ ਜੀ ਬਾਂਗਲਾਦੇਸ਼ ਦੀ, ਅਤੇ ਉਸ ਤੋਂ ਬਾਅਦ ਮਿਆਂਮਾਰ ਇੰਡੀਆ ਦੇ ਨਾਲ ਹੀ ਪਿਆ ਵਾ। ਠੀਕ ਹੈ, ਜਾਣੀ ਕਿ ਮਿਆਂਮਾਰ ਦੇ ਨਾਲ ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਾਅਦ ਆ ਜੀ ਲਾਓਸ। ਲਾਓਸ ਦੀ ਕੈਪੀਟਲ ਆ ਵਿਅੰਤੀਆਨੇ, ਕਰਾਂਸੀ ਆ ਲਾਓਸੀਅਨ ਕੀਪ, ਅਤੇ ਪ੍ਰੈਜ਼ੀਡੈਂਟ ਆ ਥੌਨ ਲੋਨ ਸਿਸੋਲਿਤ। ਨੈਕਸਟ ਹੈ, ਹਾਲ ਹੀ ਵਿੱਚ ਸਭ ਤੋਂ ਵੱਧ ਚੁਣਿਆ ਗਿਆ ਘਰੇਲੂ FMCG ਬ੍ਰਾਂਡ ਕਿਹੜਾ ਬਣਿਆ ਹੈ? ਹਾਂਜੀ, ਸਭ ਤੋਂ ਵੱਧ ਚੁਣਿਆ ਜਾਣ ਵਾਲਾ ਘਰੇਲੂ FMCG ਬ੍ਰਾਂਡ ਬਣਿਆ ਵਾ ਜੀ ਪਾਰਲੇ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਹਾਲ ਹੀ ਵਿੱਚ ਪਹਿਲੀ ਵਾਰ ਮਹਿਲਾ ਏਸ਼ੀਆ ਕੱਪ 2024 ਦਾ ਖਿਤਾਬ ਕਿਸ ਨੇ ਜਿੱਤਿਆ ਹੈ? ਹਾਂਜੀ, ਪਹਿਲੀ ਵਾਰ ਮਹਿਲਾ ਏਸ਼ੀਆ ਕੱਪ 2024 ਇਸਦਾ ਖਿਤਾਬ ਸ਼੍ਰੀਲੰਕਾ ਨੇ ਭਾਰਤ ਨੂੰ ਹਰਾ ਕੇ ਜਿੱਤਿਆ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਮਹਿਲਾ ਏਸ਼ੀਆ ਕੱਪ 2024 ਦਾ ਖਿਤਾਬ ਸ਼੍ਰੀਲੰਕਾ ਨੇ ਭਾਰਤ ਨੂੰ ਹਰਾ ਕੇ ਜਿੱਤਿਆ। ਤਾਂ ਹੁਣ ਦੇਖ ਸਕਦੇ ਹੋ ਫਿਰ ਤੁਸੀਂ ਭਾਰਤ ਦੇ ਨਾਲ ਸ਼੍ਰੀਲੰਕਾ। ਸ਼੍ਰੀਲੰਕਾ ਦੀ ਕੈਪੀਟਲ ਕੀ ਆ? ਕੋਲੰਬੋ। ਇਹ ਕਮਰਸ਼ਲ ਕੈਪੀਟਲ ਆ ਅਤੇ ਸ਼੍ਰੀ ਜੇਵਰਧਨਪੁਰਮ ਕੋਟੇ ਐਡਮਿਨਿਸਟ੍ਰੇਟਿਵ ਕੈਪੀਟਲ ਆ। ਇੱਥੋਂ ਦੀ ਕਰੰਸੀ ਆ ਸ਼੍ਰੀਲੰਕੀਅਨ ਰੁਪਈਆ। ਪ੍ਰੈਜ਼ੀਡੈਂਟ ਆ ਇੱਥੋਂ ਦੇ, ਕੌਣ ਨੇ ਪ੍ਰੈਜ਼ੀਡੈਂਟ? ਰਨਿਲ ਵਿਕਰਮ ਸਿੰਘੇ। ਅਤੇ ਪ੍ਰਾਈਮ ਮਿਨਿਸਟਰ ਕੌਣ ਨੇ? ਦਿਨੇਸ਼ ਗੁਣਵਰਧਨ। ਠੀਕ ਹੈ, ਨੈਕਸਟ ਹੈ, ਹਾਲ ਹੀ ਵਿੱਚ ਟੈਸਟ ਕ੍ਰਿਕਟ ਵਿੱਚ 12,000 ਤੋਂ ਵੱਧ ਦੌੜਾਂ ਬਣਾਉਣ ਵਾਲਾ 7ਵਾਂ ਬੱਲੇਬਾਜ਼ ਕੌਣ ਬਣਿਆ ਹੈ? ਹਾਂਜੀ, ਟੈਸਟ ਕ੍ਰਿਕਟ ਦੇ ਵਿੱਚ 12,000 ਦੌੜਾਂ ਬਣਾਉਣ ਵਾਲਾ 7ਵਾਂ ਬੱਲੇਬਾਜ਼ ਬਣਿਆ ਯੋਰੂਟ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਇੰਗਲੈਂਡ ਕ੍ਰਿਕਟ ਟੀਮ ਦੇ ਪ੍ਰਮੁੱਖ ਬੱਲੇਬਾਜ਼ ਆ ਯੋਰੂਟ, ਅਤੇ ਇਹ ਟੈਸਟ ਕ੍ਰਿਕਟ ਦੇ ਵਿੱਚ 12,000 ਦੌੜਾਂ ਬਣਾਉਣ ਵਾਲੇ 7ਵੇਂ ਬੱਲੇਬਾਜ਼ ਬਣੇ ਆ। ਇਹਨਾਂ ਤੋਂ ਪਹਿਲਾਂ ਇੰਗਲੈਂਡ ਦੇ ਸਿਰਫ ਐਲਿਸਟਰ ਕੁੱਕ ਨੇ ਹੀ ਇਹ ਉਪਲਬਧੀ ਹਾਸਲ ਕੀਤੀ ਆ, ਅਤੇ ਬ੍ਰਾਇਨ ਲਾਰਾ ਨੇ ਆਪਣੇ ਟੈਸਟ ਕੈਰੀਅਰ ਵਿੱਚ 131 ਮੈਚ ਖੇਡੇ ਆ ਅਤੇ 52.88 ਦੀ ਔਸਤ ਨਾਲ 11,953 ਦੌੜਾਂ ਬਣਾਈਆਂ ਸੀ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈ, ਹਾਲ ਹੀ ਵਿੱਚ ਵਿਸ਼ਵ ਹੈਪੇਟਾਈਟਸ ਦਿਵਸ ਕਦੋਂ ਮਨਾਇਆ ਗਿਆ? ਮਨਾਇਆ ਜਾਂਦਾ ਜੀ ਵਿਸ਼ਵ
ਹੈਪੇਟਾਈਟਸ ਦਿਵਸ। ਹੈਪੇਟਾਈਟਸ ਕੀ ਹੁੰਦਾ? ਦੇਖੋ, ਹੈਪੇਟਾਈਟਸ ਇਹ ਲੀਵਰ ਨਾਲ ਸੰਬੰਧਿਤ ਇੱਕ ਬਿਮਾਰੀ ਆ, ਅਤੇ ਹੈਪੇਟਾਈਟਸ ਦੇ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰੇਕ ਸਾਲ 28 ਜੁਲਾਈ ਨੂੰ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਜਾਂਦਾ, ਕਿਉਂਕਿ ਇਸ ਦੇ ਨਾਲ ਕਾਫੀ ਲੋਕਾਂ ਦੀ ਇੱਕ ਸਾਲ ਦੇ ਵਿੱਚ ਡੈਥ ਹੁੰਦੀ ਹੈ, ਅਤੇ ਇਸ ਦੇ ਵਿੱਚ ਕੀ ਹੈ ਕਿ ਲੀਵਰ ਨੂੰ ਸੋਜ ਆਉਂਦੀ ਆ। ਠੀਕ ਹੈ, 28 ਜੁਲਾਈ ਨੂੰ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹੁਣ ਜੁਲਾਈ ਦੇ ਇੰਪੋਰਟੈਂਟ ਡੇ ਦੀ ਗੱਲ ਆ, ਅਤੇ ਜਿਵੇਂ ਕਿ ਤੁਹਾਨੂੰ ਪਤਾ ਅੱਜ ਜੁਲਾਈ ਦਾ ਸਾਰਾ ਮਹੀਨਾ ਵਾ ਜਿਹੜਾ ਉਹ ਖਤਮ ਹੋਣ ਵਾਲਾ, ਅਤੇ ਇਸ ਕਰਕੇ ਅਸੀਂ ਜੁਲਾਈ ਦੇ ਇੰਪੋਰਟੈਂਟ ਡੇ ਰਿਵਾਈਜ਼ ਕਰਦੇ ਹਾਂ, ਅਤੇ ਨਾਲ ਦੀ ਮੈਂ ਤੁਹਾਨੂੰ ਦੱਸਾਂਗੀ ਕਿ ਕਿਹੜੇ ਐਗਜ਼ਾਮ ਦੇ ਵਿੱਚ ਆ ਚੁੱਕੇ ਆ ਜੋ ਜ਼ਿਆਦਾ ਇੰਪੋਰਟੈਂਟ ਆ। ਤਾਂ 1 ਜੁਲਾਈ ਨੂੰ CA ਦਿਵਸ, GST ਦਿਵਸ ਅਤੇ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ। 2 ਜੁਲਾਈ ਨੂੰ ਵਿਸ਼ਵ ਖੇਡ ਪੱਤਰਕਾਰ ਦਿਵਸ ਮਨਾਇਆ ਗਿਆ। 3 ਜੁਲਾਈ ਨੂੰ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਮਨਾਇਆ ਗਿਆ। 4 ਜੁਲਾਈ ਨੂੰ ਅਮੈਰੀਕਾ ਦਾ ਸੁਤੰਤਰਤਾ ਦਿਵਸ ਮਨਾਇਆ ਗਿਆ। 6 ਜੁਲਾਈ ਨੂੰ ਵਿਸ਼ਵ ਜੀਓਨੋਸਿਸ ਦਿਵਸ ਮਨਾਇਆ ਗਿਆ। 7 ਜੁਲਾਈ ਨੂੰ ਵਿਸ਼ਵ ਕਿਸਵਾਲੀ ਭਾਸ਼ਾ ਦਿਵਸ ਮਨਾਇਆ ਗਿਆ। 10 ਜੁਲਾਈ ਨੂੰ ਰਾਸ਼ਟਰੀ ਮੱਛੀ ਕਿਸਾਨ ਦਿਵਸ ਮਨਾਇਆ ਗਿਆ। 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ, ਇਹ ਇੰਪੋਰਟੈਂਟ ਆ। 12 ਜੁਲਾਈ ਨੂੰ ਮਲਾਲਾ ਦਿਵਸ ਅਤੇ ਪੇਪਰ ਬੈਗ ਦਿਵਸ ਮਨਾਇਆ ਗਿਆ। 14 ਜੁਲਾਈ ਨੂੰ ਬੈਸਟਿਲ ਡੇ ਮਨਾਇਆ ਗਿਆ। 15 ਜੁਲਾਈ ਨੂੰ ਵਿਸ਼ਵ ਯੁਵਾ ਹੁਨਰ ਦਿਵਸ ਮਨਾਇਆ ਗਿਆ। 16 ਜੁਲਾਈ ਨੂੰ ICAR ਦਾ ਸਥਾਪਨਾ ਦਿਵਸ ਮਨਾਇਆ ਗਿਆ। 17 ਜੁਲਾਈ ਨੂੰ ਵਿਸ਼ਵ ਅੰਤਰਰਾਸ਼ਟਰੀ ਨਿਆਂ ਦਿਵਸ ਮਨਾਇਆ ਗਿਆ। 18 ਜੁਲਾਈ ਨੂੰ ਨੈਲਸਨ ਮੰਡੇਲਾ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ। 20 ਜੁਲਾਈ ਨੂੰ ਅੰਤਰਰਾਸ਼ਟਰੀ ਸ਼ਤਰੰਜ ਦਿਵਸ ਅਤੇ ਅੰਤਰਰਾਸ਼ਟਰੀ ਚੰਦਰਮਾ ਦਿਵਸ ਮਨਾਇਆ ਗਿਆ। 22 ਜੁਲਾਈ ਨੂੰ ਪਾਈ ਅਨੁਮਾਨ ਦਿਵਸ, ਰਾਸ਼ਟਰੀ ਅੰਬ ਦਿਵਸ, ਵਿਸ਼ਵ ਦਿਮਾਗ ਦਿਵਸ ਮਨਾਇਆ ਗਿਆ। 23 ਜੁਲਾਈ ਨੂੰ ਰਾਸ਼ਟਰੀ ਪ੍ਰਸਾਰਣ ਦਿਵਸ ਮਨਾਇਆ ਗਿਆ। 24 ਜੁਲਾਈ ਨੂੰ ਰਾਸ਼ਟਰੀ ਆਮਦਨ ਕਰ ਦਿਵਸ ਮਨਾਇਆ ਗਿਆ। 25 ਜੁਲਾਈ ਨੂੰ ਵਿਸ਼ਵ ਡੁੱਬਣ ਰੋਕਥਾਮ ਦਿਵਸ ਮਨਾਇਆ ਗਿਆ। 26 ਜੁਲਾਈ ਨੂੰ ਕਾਰਗਿਲ ਵਿਜੈ ਦਿਵਸ ਮਨਾਇਆ ਗਿਆ। 27 ਜੁਲਾਈ ਨੂੰ CRPF ਦਾ ਸਥਾਪਨਾ ਦਿਵਸ ਮਨਾਇਆ ਗਿਆ। 29 ਜੁਲਾਈ ਨੂੰ ਅੰਤਰਰਾਸ਼ਟਰੀ ਟਾਈਗਰ ਦਿਵਸ ਮਨਾਇਆ ਗਿਆ। ਹਾਂਜੀ, 29 ਜੁਲਾਈ ਨੂੰ ਅੰਤਰਰਾਸ਼ਟਰੀ ਟਾਈਗਰ ਦਿਵਸ ਮਨਾਇਆ ਗਿਆ। ਇਸ ਦੇ ਨਾਲ ਰਿਲੇਟਿਡ ਇਸੇ ਕਲਾਸ ਦੇ ਵਿੱਚ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਦੱਸਣਾ ਜੋ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈ, ਇਸ ਨੂੰ ਹਾਲ ਹੀ ਵਿੱਚ SIDWI ਦਾ CMD ਚੁਣਿਆ ਗਿਆ। SIDWI ਦਾ CMD ਚੁਣਿਆ ਗਿਆ ਜੀ, ਮਨੋਜ ਮਿੱਤਲ ਨੂੰ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਕਿਸ ਨੂੰ ਹਾਲ ਹੀ ਵਿੱਚ ਚੇਨਈ ਵਿੱਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਿਆ ਹੈ? ਹਾਂਜੀ, ਚੇਨਈ ਦੇ ਵਿੱਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਿਆ ਵਾ ਜੀ, ਚੇਨਈ ਦੇ ਵਿੱਚ ਮਿਲਿਆ ਵਾ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੂੰ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹੁਣ ਅਸੀਂ ਅਵਾਰਡ ਦੀ ਗੱਲ ਕੀਤੀ ਹੈ ਤਾਂ ਪੈਰਿਸ ਦੇ ਗ੍ਰੈਵਿਨ ਮਿਊਜ਼ੀਅਮ ਨੇ ਭਾਰਤੀ ਅਭਿਨੇਤਾ ਸ਼ਾਹਰੁਖ ਖਾਨ ਦੇ ਸਨਮਾਨ ਵਿੱਚ ਸੋਨੇ ਦਾ ਸਿੱਕਾ ਜਾਰੀ ਕੀਤਾ। ਰਹਾਬ ਅਲਾਣਾ ਨੂੰ ਫਰਾਂਸ ਸਰਕਾਰ ਦੇ ਨੇ ਸਨਮਾਨਿਤ ਕੀਤਾ। ਅਭਿਨਵ ਬਿੰਦਰਾ ਨੂੰ IOC ਦੁਆਰਾ ਅੰਤਰਰਾਸ਼ਟਰੀ ਓਲੰਪਿਕ ਆਰਡਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਰਿਗੋਬਰਟਾ ਮੈਂਚੂ ਨੂੰ ਗਾਂਧੀ ਮੰਡੇਲਾ ਅਵਾਰਡ ਮਿਲਿਆ। ਰਾਹੁਲ ਗਾਂਧੀ ਨੂੰ ਓਮਨ ਚਾਂਡੀ ਪਬਲਿਕ ਸਰਵੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸੁਦਰਸ਼ਨ ਪਟਨਾਇਕ ਨੇ ਅੰਤਰਰਾਸ਼ਟਰੀ ਸੈਂਡ ਸਕਲਪਚਰ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਮੈਡਲ ਜਿੱਤਿਆ। ਸ਼ਿਵ ਸ਼ੰਕਰੀ ਨੂੰ ਡਾਕਟਰ ਸੀ ਨਰਾਇਣ ਰੈਡੀ ਸਾਹਿਤਕ ਪੁਰਸਕਾਰ ਮਿਲਿਆ। ਦੇ ਚੌਕਲਿੰਗਮ ਨੂੰ ਬਕਾਰੀ ਹੰਸ ਵਨ ਹੈਸਟਿੰਗ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਨੈਕਸਟ ਹੈ, ਭਾਰਤ ਦਾ ਪਹਿਲਾ ਭੂਮੀਗਤ ਅਜਾਇਬ ਘਰ ਹਾਲ ਹੀ ਵਿੱਚ ਕਿੱਥੇ ਖੁੱਲ੍ਹੇਗਾ? ਹਾਂਜੀ, ਭਾਰਤ ਦਾ ਪਹਿਲਾ ਭੂਮੀਗਤ ਅਜਾਇਬ ਘਰ ਦਿੱਲੀ ਦੇ ਵਿੱਚ ਹਮਾਂਜੂ ਦੇ ਮਕਬਰੇ ਦੇ ਵਿੱਚ ਖੋਲ੍ਹਿਆ ਜਾਵੇਗਾ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਤਾਜ਼ਾ ਰਿਪੋਰਟ ਅਨੁਸਾਰ ਪਿਛਲੇ 5 ਸਾਲਾਂ ਵਿੱਚ ਭਾਰਤ ਵਿੱਚ ਕਿੰਨੇ ਬਾਘ ਮਰੇ ਹਨ?
ਹਾਂਜੀ, ਬਾਘ ਦੀ ਗੱਲ ਹੋਈ ਆ, ਮੈਂ ਤੁਹਾਨੂੰ ਦੱਸਿਆ ਕਿ 29 ਜੁਲਾਈ ਨੂੰ ਅੰਤਰਰਾਸ਼ਟਰੀ ਬਾਘ ਡੇ ਮਨਾਇਆ ਗਿਆ ਅਤੇ ਇਸ ਦੇ ਅਕੋਰਡਿੰਗ ਇਸੇ 'ਤੇ ਰਿਪੋਰਟ ਕੱਢੀ ਗਈ ਆ ਕਿ ਪਿਛਲੇ ਪੰਜ ਸਾਲਾਂ ਵਿੱਚ 628 ਬਾਘ ਆ ਜਿਹੜੇ ਇਹ ਮਰੇ ਆ ਭਾਰਤ ਦੇ ਵਿੱਚ। ਨੈਕਸਟ ਹੈ ਵਿਸ਼ਵ ਸਿੱਖਿਆ ਕਾਨਫਰੰਸ 2024 ਹਾਲ ਹੀ ਵਿੱਚ ਟੈਕ ਲੀਡਰਸ ਫੋਰਮ ਆਫ ਇੰਡੀਆ ਨੂੰ ਕਿੱਥੇ ਲਾਂਚ ਕੀਤਾ ਗਿਆ? ਹਾਂਜੀ, ਵਿਸ਼ਵ ਸਿੱਖਿਆ ਕਾਨਫਰੰਸ 2024 ਦੇ ਵਿੱਚ ਟੈਕ ਲੀਡਰਸ ਫੋਰਮ ਆਫ ਇੰਡੀਆ ਨੂੰ ਲਾਂਚ ਕੀਤਾ ਗਿਆ ਵਾ ਜੀ, ਵੈਨਜੂਏਲਾ ਦੇ ਵਿੱਚ, ਸੋਰੀ ਦੁਬਈ ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਹਾਲ ਹੀ ਵਿੱਚ ਨਿਕੋਲਸ ਮਾਦੂਰੋ ਨੂੰ ਕਿਸ ਦੇਸ਼ ਦੇ ਰਾਸ਼ਟਰਪਤੀ ਵਜੋਂ ਫਿਰ ਤੋਂ ਚੁਣਿਆ ਗਿਆ? ਨਿਕੋਲਸ ਮਾਦੂਰੋ ਨੂੰ ਫਿਰ ਤੋਂ ਚੁਣਿਆ ਗਿਆ ਜੀ ਵੈਨਜੂਏਲਾ ਦੇ ਰਾਸ਼ਟਰਪਤੀ ਦੇ ਵਜੋਂ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੁਹਾਡੇ ਲਈ ਕਾਫੀ ਇੰਪੋਰਟੈਂਟ ਆ। ਸੋ ਗਿਟਾਨਸ ਨੋਸੇਦਾ ਲਿਥੁਆਨੀਆ ਦੇ ਰਾਸ਼ਟਰਪਤੀ ਬਣੇ, ਡਿਕ ਸੂਫ ਨੀਦਰਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਬਣੇ, ਟੂ ਲੈਮ ਵੀਅਤਨਾਮ ਦੇ ਰਾਸ਼ਟਰਪਤੀ ਬਣੇ, ਜੌਨ ਸਵੀਨੀ ਸਕੋਟਲੈਂਡ ਦੇ ਪਹਿਲੇ ਪ੍ਰਧਾਨ ਮੰਤਰੀ ਚੁਣੇ ਗਏ, ਜੌਸ ਰਾਹੁਲ ਮੁਲੀਨੋ ਪਨਾਮਾ ਦੇ ਰਾਸ਼ਟਰਪਤੀ ਚੁਣੇ ਗਏ, ਆਂਦਰੇਜ ਪਲੇਨ ਕੋਵਿਕ ਨੂੰ ਕਰੋਏਸ਼ੀਆ ਦਾ ਫਿਰ ਤੋਂ ਪ੍ਰਧਾਨ ਮੰਤਰੀ ਚੁਣਿਆ ਗਿਆ, ਇਸਹਾਕ ਡਾਰ ਪਾਕਿਸਤਾਨ ਦੇ ਨਵੇਂ ਉਪ ਪ੍ਰਧਾਨ ਮੰਤਰੀ ਬਣੇ, ਪ੍ਰਬੋਬੋ ਸ਼ੁਬਿਆਂਤੂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਬਣੇ। ਨੈਕਸਟ ਹੈ ਹਾਲ ਹੀ ਵਿੱਚ ਮੋਗਲਾ ਪੋਰਟ ਟਰਮੀਨਲ ਲਈ ਸੰਚਾਲਨ ਅਧਿਕਾਰ ਕਿੱਥੋਂ ਪ੍ਰਾਪਤ ਹੋਏ ਹਨ? ਹਾਂਜੀ, ਭਾਰਤ ਨੂੰ ਮੋਗਲਾ ਪੋਰਟ ਟਰਮੀਨਲ ਲਈ ਸੰਚਾਲਿਤ ਅਧਿਕਾਰ ਪ੍ਰਾਪਤ ਹੋਏ ਆ ਬੰਗਲਾਦੇਸ਼ ਤੋਂ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਹੁਣ ਬੰਗਲਾਦੇਸ਼ ਦੇ ਵਿੱਚ ਹੋਏ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬੰਗਲਾਦੇਸ਼, ਬੰਗਲਾਦੇਸ਼ ਦੀ ਕੈਪੀਟਲ ਕੀ ਆ? ਡਾਕਾ। ਕਰਾਂਸੀ ਆ ਟਕਾ। ਪ੍ਰਾਈਮ ਮਿਨਿਸਟਰ ਸ਼ੇਖ ਹਸੀਨਾ, ਪ੍ਰੈਜ਼ੀਡੈਂਟ ਆ ਮੁਹੰਮਦ ਸ਼ਹਾਬੂਦੀਨ। ਬੰਗਲਾਦੇਸ਼ ਦੀ ਭਾਰਤ ਨਾਲ ਸਭ ਤੋਂ ਜ਼ਿਆਦਾ ਹੱਦ ਲੱਗਦੀ ਆ, ਟੋਟਲ 4096 ਕਿਲੋਮੀਟਰ ਦੀ ਹੱਦ ਲੱਗਦੀ ਆ ਬੰਗਲਾਦੇਸ਼ ਦੀ ਭਾਰਤ ਨਾਲ। ਬੰਗਲਾਦੇਸ਼ ਨਾਲ ਭਾਰਤ ਦੇ 5 ਰਾਜਾਂ ਦੀ ਹੱਦ ਲੱਗਦੀ ਆ, ਪੱਛਮੀ ਬੰਗਾਲ, ਅਸਮ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ। ਬੰਗਲਾਦੇਸ਼ 26 ਮਾਰਚ 1971 ਨੂੰ ਆਜ਼ਾਦ ਹੋਇਆ ਸੀ। ਇੰਡੀਆ ਅਤੇ ਬੰਗਲਾਦੇਸ਼ ਦੇ ਵਿਚਕਾਰ ਸੰਪ੍ਰਤੀ ਨਾਮ ਦੀ ਡਿਫੈਂਸ ਐਕਸਰਸਾਈਜ਼ ਹੁੰਦੀ ਆ। ਬੰਗਲਾਦੇਸ਼ ਦੀ ਸੰਸਦ ਦਾ ਨਾਮ ਆ ਜਾਤੀ ਸੰਸਦ ਅਤੇ ਰਾਸ਼ਟਰੀ ਸੰਸਦ। ਬੰਗਲਾਦੇਸ਼ ਵਿੱਚ ਗੰਗਾ ਨਦੀ ਨੂੰ ਪਦਮਾ ਦੇ ਨਾਮ ਨਾਲ ਜਾਣਿਆ ਜਾਂਦਾ, ਬ੍ਰਹਮਪੁੱਤਰ ਨਦੀ ਨੂੰ ਯਮੁਨਾ ਦੇ ਨਾਮ ਨਾਲ ਜਾਣਿਆ ਜਾਂਦਾ। ਬੰਗਲਾਦੇਸ਼ ਦੀ ਸਭ ਤੋਂ ਲੰਬੀ ਨਦੀ ਆ ਸੁਰਮਾ ਨਦੀ। ਭਾਰਤ ਨੇ ਬੰਗਲਾਦੇਸ਼ ਵਿੱਚ ਆਪਣਾ ਨਵਾਂ ਕੌਂਸਲੈਂਟ ਖੋਲ੍ਹਣ ਦਾ ਐਲਾਨ ਕੀਤਾ। ਭਾਰਤ ਬੰਗਲਾਦੇਸ਼ ਦੇ ਨਾਗਰਿਕਾਂ ਲਈ ਮੈਡੀਕਲ ਵੀਜ਼ਾ ਸ਼ੁਰੂ ਕਰੇਗਾ। ਜਨਰਲ ਬਾਕਰੁਜ਼ ਜਮਾਨ ਨੂੰ ਬੰਗਲਾਦੇਸ਼ ਦਾ ਨਵਾਂ ਸੈਨਾ ਮੁਖੀ ਚੁਣਿਆ ਗਿਆ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਮੁਸਲਿਮ ਦੇਸ਼ਾਂ ਲਈ ਸਾਂਝੀ ਕਰੰਸੀ ਦੀ ਵਕਾਲਤ ਕੀਤੀ। ਬੰਗਲਾਦੇਸ਼ 'ਚ 2 ਰੋਜ਼ਾ ਨਜ਼ਰੂਲ ਉਤਸਵ ਸ਼ੁਰੂ ਹੋਇਆ। ਹਾਂਜੀ, ਹੁਣ ਅਸੀਂ ਕਰਦੇ ਹਾਂ ਇੰਪੋਰਟੈਂਟ ਕਰੰਟ ਅਫੇਅਰ ਰਿਵਾਈਜ਼। ਦੱਖਣੀ ਕੋਰੀਆ ਵਿੱਚ ਪੁਲਾੜ ਖੋਜ 'ਤੇ ਗਲੋਬਲ ਕਾਨਫਰੰਸ ਸ਼ੁਰੂ ਹੋਈ। ਹੈਨਲੇ ਪਾਸਪੋਰਟ ਸੂਚਕਾਂਕ 2024 ਵਿੱਚ ਸਿੰਗਾਪੁਰ ਟੌਪ 'ਤੇ ਰਿਹਾ ਅਤੇ ਭਾਰਤ 82ਵੇਂ ਸਥਾਨ 'ਤੇ ਰਿਹਾ। ਆਈਵਰੀ ਕੋਸਟ ਸੰਯੁਕਤ ਰਾਸ਼ਟਰ ਜਲ ਸੰਮੇਲਨ ਵਿੱਚ ਸ਼ਾਮਿਲ ਹੋਣ ਵਾਲਾ 10ਵਾਂ ਅਫਰੀਕੀ ਦੇਸ਼ ਬਣਿਆ। ਨੂਨੂ ਬੋਰਗੇਸ ਨੇ ਸਵੀਡਸ ਓਪਨ ਪੁਰਸ਼ ਸਿੰਗਲਸ ਟਰਾਫੀ ਜਿੱਤੀ। ਜਾਪਾਨੀ ਵਿਗਿਆਨੀਆਂ ਨੇ ਜੀਵਤ ਚਮੜੀ ਵਾਲਾ ਰੋਬੋਟ ਤਿਆਰ ਕੀਤਾ। ਦੇ ਚੌਕਲਿੰਗਮ ਨੂੰ ਬਕਾਰੀ ਹੰਸ ਵੌਨ ਹੈਂਟਿਗ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਸਿੱਕਮ ਨੇ ਸੈਲਾਨੀਆਂ ਦੇ ਵਾਹਨਾਂ ਲਈ ਕੂੜਾ ਬੈਗ ਚੁੱਕਣਾ ਲਾਜ਼ਮੀ ਕਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੂਸ ਦੇ ਸਰਵਉੱਚ ਨਾਗਰਿਕ ਸਨਮਾਨ ਆਰਡਰ ਆਫ ਸੈਂਟ ਐਂਡਰਿਊ ਦੀ ਅਪੋਲੋਸਨ ਨਾਲ ਸਨਮਾਨਿਤ ਕੀਤਾ ਗਿਆ। ਸਮ੍ਰਿਤੀ ਮੰਧਾਨਾ ਅਤੇ ਜਸਪ੍ਰੀਤ ਬੁਮਰਾਹ ਨੂੰ ਜੂਨ 2024 ਲਈ ICC ਪਲੇਅਰ ਆਫ ਦੀ ਮੰਥ ਚੁਣਿਆ ਗਿਆ। ਪੈਰਿਸ ਦੇ ਗ੍ਰੈਵਿਨ ਮਿਊਜ਼ੀਅਮ ਨੇ ਭਾਰਤੀ ਅਭਿਨੇਤਾ
ਸ਼ਾਹਰੁਖ ਖਾਨ ਦੇ ਸਨਮਾਨ ਵਿੱਚ ਇੱਕ ਸੋਨੇ ਦਾ ਸਿੱਕਾ ਜਾਰੀ ਕੀਤਾ। ਭਾਰਤ ਦੇ ਰਾਸ਼ਟਰਪਤੀ ਭਵਨ ਵਿੱਚ ਸਥਿਤ ਦਰਬਾਰ ਹਾਲ ਦਾ ਨਾਮ ਬਦਲ ਕੇ ਗਣਤੰਤਰ ਪਵੇਲੀਅਨ ਕੀਤਾ ਗਿਆ। ਸੁਦਰਸ਼ਨ ਪਟਨਾਇਕ ਨੇ ਅੰਤਰਰਾਸ਼ਟਰੀ ਸੈਂਡ ਸਕਲਪਚਰ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਮੈਡਲ ਜਿੱਤਿਆ। HGS ਧਾਲੀਵਾਲ ਅੰਡੇਮਾਨ ਅਤੇ ਨਿਕੋਬਾਰ ਦੇ DGP ਬਣੇ। ਵਿਦੇਸ਼ ਮੰਤਰੀ SJ ਸ਼ੰਕਰ ਨੇ ਮੌਰੀਸਸ ਵਿੱਚ ਫਰੈਂਡਸ਼ਿਪ ਗਾਰਡਨ ਦਾ ਉਦਘਾਟਨ ਕੀਤਾ। ਭਾਰਤੀ ਮਹਿਲਾ ਪਾਇਲਟ ਭਾਵਨਾ ਕੰਠ ਨੇ ਪਿੱਚ ਬਲੈਕ ਫੌਜੀ ਅਭਿਆਸ ਵਿੱਚ ਹਿੱਸਾ ਲਿਆ। ਮਿਲਟਰੀ ਮੁਖੀ ਮਿੰਗ ਆਨ ਹਵਾਇੰਗ ਮਿਆਂਮਾਰ ਦੇ ਕਾਰਜਕਾਰੀ ਰਾਸ਼ਟਰਪਤੀ ਚੁਣੇ ਗਏ। ਦੋ ਭਾਰਤੀ ਖਾਨਾ ਗੈਵਰਾ ਅਤੇ ਕੁਸ਼ਮੁੰਡਾ ਦੁਨੀਆ ਦੀਆਂ 10 ਸਭ ਤੋਂ ਵੱਡੀਆਂ ਕੋਲਾ ਖਾਨਾਂ ਵਿੱਚ ਸ਼ਾਮਿਲ ਕੀਤੀਆਂ ਗਈਆਂ। ਅਤੇ ਫੀਫਾ ਰੈਂਕਿੰਗ 'ਚ ਅਰਜਨਟੀਨਾ ਸਿਖਰ 'ਤੇ ਰਿਹਾ ਅਤੇ ਭਾਰਤ 124ਵੇਂ ਸਥਾਨ 'ਤੇ ਰਿਹਾ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਅਤੇ ਇਹ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਅੱਜ ਦੀ ਕਲਾਸ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫੋਰ ਵਾਚਿੰਗ।